ਸਰ ਇਹ ਕੀ ਮਸਲਾ ਸੀ ਜੀ ਨਾ ਜਿਹੜਾ ਇੱਕ ਮੁਕੱਦਮਾ ਨੰਬਰ 449 ਵਾ 23/12/2014 ਦਾ, ਪਹਿਲਾਂ ਤਾਂ 323, 324 ਵਿੱਚ ਨਾ ਮੁਕੱਦਮਾ ਦਰਜ ਹੋਇਆ ਵਿਜੇ ਕੁਮਾਰ ਮਦਈ ਨੇ ਦੇ, ਵਿਜੇ ਕੁਮਾਰ ਸ਼ਰਮਾ ਪੁੱਤਰ ਸ਼੍ਰੀ ਲੇਟ ਨਿਰੰਜਨ ਦਾਸ ਵਾਸੀ ਮਕਾਨ ਨੰਬਰ D6855 ਗਲੀ ਨੰਬਰ 4 ਗੁਰਦੇਵ ਡੇਰੀ ਕੋਲ ਖਾਲਸਾ। ਇਹਦੇ 'ਚ ਨਾ 7 ਮੁਲਜ਼ਮ ਅਰੈਸਟ ਹੋਏ ਆ। ਇਹਦੇ ਵਿੱਚ ਬਾਅਦ ਵਿੱਚ ਜਿਹੜੀ ਸੱਟ ਆ ਉਹਦੇ 'ਚ 325-326 IPC ਦਾ ਵਾਧਾ ਕੀਤਾ ਗਿਆ ਵਾ। ਉਸ ਤੋਂ ਬਾਅਦ ਇਹਦੇ 'ਚ 324 IPC ਦਾ ਜਿਹੜਾ ਮਦਈ ਤੇਰ ਉਹਦੇ ਖਿਲਾਫ਼ ਵੀ ਕਲਾਸ ਕੇਸ ਹੋਇਆ ਵਾ। ਪਰ ਇਹਦਾ ਨਾ ਸਾਡੇ ASC ਰਕੇਸ਼ ਕੁਮਾਰ ਨੇ ਉਹਦੇ ਕੋਲ ਇਸ ਮੁਕੱਦਮੇ ਦੀ ਤਫਤੀਸ਼ ਆ, ਮੁਕੱਦਮੇ ਦਾ ਜਿਹੜਾ ਚਲਾਨ ਆ ਉਹ ਤਿਆਰ ਹੋਇਆ ਵਾ। ਪਰ ਇਹਦੇ 'ਚ ਨਾ ਸਰਕਾਰੀ ਜਿਹੜੀ ਪ੍ਰੋਸੀਕਿਊਸ਼ਨ ਏਜੰਸੀ ਆ ਉਹਦੇ ਵੱਲੋਂ ਦੋਵਾਂ ਧਿਰਾਂ ਦੇ ਜਿਹੜੇ ਕਰਾਸ ਕੇਸ ਦਾ ਅਤੇ ਜਿਹੜਾ ਮੇਨ ਮੁਕੱਦਮਾ ਉਹਦੇ 'ਚ ਨਾ ਇਤਰਾਜ਼ ਲੱਗੇ ਆ, ਉਹਨਾਂ ਇਤਰਾਜ਼ਾਂ ਦੀ ਪੂਰਤੀ ਕਰਕੇ 8-10 ਦਿਨ ਦੇ ਵਿੱਚ ਵਿੱਚ ਜਿਹਦਾ ਚਲਾਨ ਜਿਹੜਾ ਵਾ ਪੇਸ਼ ਕਰ ਦਿੱਤਾ ਜਾਊਗਾ ਅਦਾਲਤ ਵਿੱਚ। ਕੋਈ ਸਿਆਸੀ ਦਬਾਅ ਤਾਂ ਨਹੀਂ ਜੀ ਇਸ? ਨਹੀਂ, ਇਸਦਾਂ ਦੀ ਕੋਈ ਗੱਲ ਨਹੀਂ ਗੀ। ਬਾਕੀ ਇਹਦੇ ਵਿੱਚ ਕੋਈ ਕਿਸੇ ਕਿਸਮ ਦੀ ਗੱਲ ਨਹੀਂ, ਹੁਣ ਤਾਂ ਇਹ ਕੋਰਟ ਵਿੱਚ ਪੇਸ਼ ਕਰਨ ਵਾਲਾ ਆ, ਜੋ ਦੋਸ਼ੀ ਅਰੈਸਟ ਹੋਣੇ ਆ, ਜੋ ਇਹਦੀ ਤਫਤੀਸ਼ ਆ ਮੁਕੰਮਲ ਹੋ ਗਈ ਆ। ਹੁਣ ਇਹਦੇ ਵਿੱਚ ਹੋਰ ਕੋਈ ਜ਼ਿਆਦਾ ਚੀਜ਼ ਨਹੀਂ ਹੈਗੀ, ਸਿਰਫ ਇਹਦੀ ਆ ਕੁਝ ਕਾਨੂੰਨੀ ਨੁਕਤੇ ਰਹਿੰਦੇ ਆ, ਕਈ ਰਿਕਾਰਡ ਹੋਸਪਿਟਲ ਤੋਂ ਬੈੱਡ ਹੈਡ ਟਿਕਟ ਜਾਂ ਹੋਰ ਥੋੜ੍ਹੇ ਥੋੜ੍ਹੇ ਰਿਕਾਰਡ ਲੈਣ ਵਾਲੇ ਜਿਨ੍ਹਾਂ ਦੇ ਇਤਰਾਜ਼ ਲੱਗੇ ਆ ਉਹ ਪੂਰਤੀ ਕਰਕੇ ਅਤੇ ਵੱਧ ਤੋਂ ਵੱਧ 10 ਦਿਨ ਦੇ ਵਿੱਚ ਚਲਾਨ ਜਿਹੜਾ ਪੇਸ਼ ਕਰ ਦਿੱਤਾ ਜਾਊਗਾ। 4 ਸਾਲ ਹੋ ਗਿਆ ਚਲਾਨ ਪੇਸ਼ ਨਹੀਂ ਕੀਤਾ ਗਿਆ, ਤੇ ਤੁਹਾਡੇ ਵੱਲੋਂ ਕਿੰਨੇ ਕਿੰਨੇ ਦਿਨਾਂ ਵਿੱਚ ਵਿੱਚ ਚਲਾਨ ਪੇਸ਼ ਕੀਤਾ? ਚਲੋ, ਸਾਡੇ ਵੱਲੋਂ ਤੋਂ ਵੱਧ ਤੋਂ ਵੱਧ ਨਾ ਮੈਨੂੰ ਵੀ ਹੁਣ ਨਵੇਂ ਨੂੰ 20 ਦਿਨ ਹੀ ਹੋਏ ਲੱਗੇ ਨੂੰ, ਬਸ ਮੈਂ ਵੇਖਿਆ ਇਸ ਧਿਆਨ ਤੇ। ਬਾਕੀ ਜਿਹੜਾ ਤੁਸੀਂ ਗੱਲ ਕੀਤੀ ਆ, ਬਾਕੀ ਇਹਦੇ ਵਿੱਚ ਇਸ ਕੇਸ ਦੇ ਪਿੱਛੇ ਸਪੈਸ਼ਲ ਧਿਆਨ ਦੇ ਕੇ ਇਹ ਚਲਾਨ ਜਿਹੜਾ ਪੇਸ਼ ਕਰ ਦਿੱਤਾ ਜਾਊ 10 ਦਿਨ ਦੇ ਵਿੱਚ। ਠੀਕ, ਕੱਲ ਦੇ ਗੇੜੇ ਲਾਉਣ ਡਿਆ ਪਰਸੋਂ ਦੇ ਫੇਰ, ਤੇ ਮੈਂ ਅਸੀਂ ਵੀ ਕਿਸੇ ਦੇ ਘਰ ਮੰਮੀ ਜਾਂਦੀ ਹਾਂ ਤੇ ਮੇਰੇ ਵੱਲ ਬੜਾ ਘੂਰ ਘੂਰ ਕੇ ਅੱਖਾਂ ਕੱਢ ਕੇ ਵੇਖਦਾ ਤੇ ਗਾਲਾਂ ਕੱਢਦਾ, ਤੇ ਮੈਂ ਫੇਰ ਵੀ ਅਸੀਂ ਚੱਲ ਲੜਾਈ ਨਹੀਂ ਲੈਣੀ, ਪਰ ਇਹ ਨਜਾਇਜ਼ ਹੀ ਫਾਇਦਾ ਉਠਾਉਣ ਡਿਆ ਇਹਨਾਂ ਕੰਮਾਂ ਦਾ। ਮਿਹਰਬਾਨੀ ਕਰਕੇ ਸਾਡਾ ਮਕਾਨ ਖਾਲੀ ਕਰਾਇਆ ਜਾਵੇ, ਇਹ ਗਾਂ ਦੇ ਵਿੱਚੋਂ ਸਾਡੇ ਮੁਹੱਲੇ ਤੋਂ ਕੱਢਿਆ ਗਿਆ। ਹਾਂਜੀ, ਆਪਣਾ ਨਾਮ ਦੱਸ ਕੇ ਕੀ ਹੋਇਆ ਸਾਰਾ ਦਾ? ਮੇਰਾ ਨਾਮ ਕੁਲਦੀਪ ਕੁਮਾਰ ਬੱਬੂ, ਗਾਈਆਂ ਵਾਲਾ ਡੇਰੀ ਵਾਲਾ ਜੀ। ਮੈਂ 2014 ਦੇ ਵਿੱਚ ਨਵੰਬਰ ਦੇ ਮਹੀਨੇ ਤੋਂ ਲੈ ਕੇ ਦਸੰਬਰ ਦੀ 21 ਤਰੀਕ ਤੱਕ ਕੋਟ ਖਾਲਸਾ ਚੌਂਕੀ 4-5 ਕੰਪਲੇਟਾਂ ਦੇ ਕੇ ਆਇਆ ਵੀ ਮੈਨੂੰ ਬਿੱਲਾ ਬੁਲਟ ਜਿਹੜਾ ਵਾ ਇਹ ਆਣ ਕੇ ਬੂਹੇ ਗਾੜੀ ਰਾਤ ਆਣ ਕੇ ਗਲੀ 'ਚ ਖਲੋ ਖਲੋ ਕੇ ਨਾਂ ਲੈ ਕੇ ਗਾਲਾਂ ਕੱਢ ਕੇ ਜਾਂਦਾ ਵਾ, ਇੱਥੇ ਕਾਰਵਾਈ ਕੀਤੀ ਜਾਵੇ। ਇੱਕ ਮੇਰਾ ਮਕਾਨ ਇੱਥੋਂ ਕਿਰਾਏ ਜਿਹੜਾ ਉਹ ਖਾਲੀ ਕਰਾਇਆ ਜਾਵੇ, ਕਿਉਂਕਿ ਨਾ ਮੈਨੂੰ ਅੱਜ ਤੱਕ ਕਿਰਾਇਆ ਦਿੰਦਾ ਸੀ ਅਤੇ ਨਾ ਮਕਾਨ ਖਾਲੀ ਕਰਦਾ ਸੀ। ਕਿੰਨੀ ਦੇਰ ਹੋ ਗਈ ਕਿਰਾਏ ਤੇ? ਅੱਜ ਇਹਦੇ ਕੋਲ 10 ਸਾਲ ਦੇ ਕਰੀਬ ਕਿਰਾਏ ਦਾ ਮਕਾਨ ਜਿਹੜਾ ਇਹਦੇ ਕੋਲ ਆ ਜਮ੍ਹਾਂ ਹੋਇਆ, ਕਿਰਾਇਆ 9 ਸਾਲ ਦੇ ਕਰੀਬ ਜਮ੍ਹਾਂ ਇਹਦੇ ਹੱਲ, ਜਿਹੜਾ ਕਿ 1 ਰੁਪਈਆ ਦੇਣ ਦਾ ਨਾਂ ਨਹੀਂ ਲੈਂਦਾ ਅਤੇ ਉਲਟਾ ਅਜੇ ਵੀ ਮੁੰਡਿਆਂ ਨੂੰ ਰੋ ਰੋ ਕੇ ਧਮਕੀਆਂ ਦਿੰਦਾ ਵੀ ਮੈਂ ਮਕਾਨ ਖਾਲੀ ਨਹੀਂ ਕਰਨਾ, ਜਿੱਥੇ ਵੇਖਣਾ ਮੇਰੇ ਨਾਲ ਉੱਥੇ ਵੇਖ। ਬਾਕੀ ਜਿਹੜਾ ਇਹਨੇ ਆਖਿਆ ਮੈਨੂੰ 2014 'ਚ ਮੇਰੇ ਸਿਰ 'ਤੇ 19 ਦਾਤਰ ਮਾਰੇ, ਇਹਨਾਂ ਨੇ 20 ਦਾਤਰ ਮਾਰੇ ਆ, ਇਹ ਰਾਮਬਾਗ ਥਾਣਿਆਂ ਦੀ ਇਹਦੀ FIR ਆ 164/13, ਉਹਦੇ ਵਿੱਚ ਇਹਦੇ ਸਿਰ 'ਤੇ 19 ਦਾਤਰ ਹੀ ਉਹਦੇ 'ਚ ਵੱਜੇ ਆ, ਅਤੇ ਉਹ ਇਹਨੇ ਪੁਰਾਣੀਆਂ ਸੱਟਾਂ ਜਿਹੜੀਆਂ ਉਹਨਾਂ ਨੂੰ ਛਿੱਲ ਲੈਂਦਾ ਵਾ ਅਤੇ ਨਵੇਂ ਥਾਂ ਬੰਦਿਆਂ ਨੂੰ ਬਲੈਕਮੇਲ ਕਰਦਾ ਰਹਿੰਦਾ ਜਾ ਕੇ। ਉਹਦੀ CD ਜਿਹੜੀ ਆ ਉਹ ਰਿਕਾਰਡਿੰਗ ਵੀ ਸਾਰੀ ਇਹਦੇ ਕੋਲ ਪਈ ਆ, ਉਹ ਉਹਦੇ ਕੋਲ ਲੈ ਕੇ ਜਾਂ ਰਾਮਬਾਗ ਵਾਲੇ ਪੈਟਰੋਲ ਪੰਪ ਤੋਂ ਦੁਬਾਰਾ ਕਢਾ ਕੇ ਭਾਵੇਂ ਚੈੱਕ ਕੀਤੀ ਜਾਵੇ, ਇਹ ਬੰਦਾ ਬਿਲਕੁਲ 420 ਆ ਅਤੇ ਨਸ਼ੇੜੀਆ ਹੈਗਾ, ਕੈਪਸੂਲ ਵੇਚਣ ਦਾ ਇਹਦਾ ਧੰਦਾ ਵਾ, ਹੋਰ ਇਹਦੇ ਕੋਈ ਇਮਾਨਦਾਰੀ ਦਾ ਕੰਮ ਕਾਰ ਕੋਈ ਨਹੀਂ ਹੈਗਾ। ਅਤੇ ਅੱਜ ਦੀ ਡੇਟ 'ਚ ਵੀ ਹੁਣ ਵੀ ਸਵੇਰੇ ਆਣ ਕੇ ਬੂਹੇ ਗਾੜੀ ਖਲੋ ਕੇ ਮੁਛਾਂ ਨੂੰ ਵੱਟ ਚਾੜ ਕੇ ਅਤੇ ਫਿਰ ਨੰਗਿਆ ਆਕੜ ਕੇ ਵੀ ਮੈਂ ਖਾਲੀ ਨਹੀਂ ਕਰਨਾ ਜਿੱਥੇ ਮਰਜ਼ੀ ਵੇਖ। ਹਜੇ ਤੱਕ ਤੁਹਾਡਾ ਕੇਸ ਚੱਲਦਾ ਪਿਆ? ਸਾਡਾ ਕੇਸ ਜਿਹੜਾ ਵਾ ਬੰਦ ਕਰਾਈ ਕੋਟ ਖਾਲਸਾ ਚੌਂਕੀ 'ਚ ਲੱਗਾ ਵਾ, ਸਾਨੂੰ ਇਹਨਾਂ ਚੀਜ਼ਾਂ ਬਾਰੇ ਨੌਲੇਜ ਕੋਈ ਨਹੀਂ ਹੈ ਵੀ ਇਹ ਕੀ ਕਰਦੇ ਆ ਕੀ ਨਹੀਂ। ਬਾਕੀ ਇਹ ਆ ਵੀ ਇਹ ਇਹਨਾਂ ਕੰਮਾਂ ਦਾ ਕਰਿੰਦਾ ਵਾ, ਕਿਉਂਕਿ ਇਹਦਾ ਹਰ ਮਹੀਨੇ ਦੇ ਕੋਈ ਨਾ ਕੋਈ ਲੜਾਈ ਹੋਈ ਰਹਿੰਦੀ ਆ। ਸ਼ਹਿਰ ਦੇ ਵਿੱਚ ਕੋਈ ਚੌਂਕੀ ਕੋਈ ਥਾਣਾ ਭਾਵੇਂ ਵਜਿਆ ਜਿੱਥੇ ਇਹਦਾ ਨਾਂ ਨਹੀਂ ਹੈਗਾ, ਨਹੀਂ ਤਾਂ ਹਰ ਚੌਂਕੀ 'ਚ ਇਹਦਾ ਕੋਈ ਨਾ ਕੋਈ ਰਿਕਾਰਡ ਮਾੜਾ ਮੋੜ ਬੋਲਦਾ ਜੀ। ਅੱਜ ਤੱਕ ਪੁਲਿਸ ਨੇ ਤੁਹਾਨੂੰ ਕੀ ਕਿਹਾ? ਸਾਨੂੰ ਪੁਲਿਸ ਨੇ ਅੱਜ ਤੱਕ ਕੁਛ ਨਹੀਂ ਕਿਹਾ, ਨਾ ਸਾਨੂੰ ਕਦੀ ਕੋਈ ਦੱਸਿਆ ਵਾ ਵੀ ਅਸੀਂ ਕੀ ਕਾਰਵਾਈ ਕੀਤੀ ਆ ਕੀ ਨਹੀਂ ਕੀਤੀ, ਨਾ ਅਸੀਂ ਕਦੀ ਪੁੱਛਣ ਗਏ ਹਾਂ, ਕਿਉਂਕਿ ਸਾਡੇ ਕੋਲ ਆਪਣੇ ਕੰਮ 'ਚੋਂ ਹੀ ਡੇਰੀ ਦੇ ਕੰਮ 'ਚੋਂ ਟਾਈਮ ਨਹੀਂ ਨਿਕਲਦਾ। ਸਵੇਰੇ ਜਾਈਦਾ, 1-2 ਵਜੇ ਵਾਪਸ ਆਈਦਾ, ਫਿਰ 2 ਘੰਟੇ ਰੈਸਟ ਕਰਕੇ ਫਿਰ ਡੇਰੀ ਨੂੰ ਭੱਜ ਜਾਈਦਾ। ਅਤੇ ਜਿਹੜੀ ਤੁਹਾਡੀ ਪ੍ਰੋਪਰਟੀ ਉਹ ਕਿੰਨੇ ਕੁ ਦੀ ਆ ਅਤੇ ਇੱਥੋਂ ਕਿੰਨੀ ਕੁ ਦੂਰ ਆ? ਸਾਡੀ ਪ੍ਰੋਪਰਟੀ ਜਿਹੜੀ ਇੱਥੋਂ ਸਾਰੀ 25-30 ਘਰ ਅੱਗੇ ਆ, ਅਤੇ ਅੱਜ ਦੀ ਡੇਟ 'ਚ 12-13 ਲੱਖ ਦਾ ਮਕਾਨ ਹੈ ਜਿਹੜਾ ਇਹ ਖਾਲੀ ਨਹੀਂ ਕਰਨ ਡਿਆ। ਉਹ ਮਕਾਨ ਮੈਂ ਆਪਣੇ ਭਰਾ ਨੂੰ ਬਣਾ ਕੇ ਦੇਣਾ ਸੀ ਰਹਿਸ਼ ਵਾਸਤੇ, ਇਹ ਖਾਲੀ ਨਹੀਂ ਕਰਨ ਡਿਆ ਉਸ ਨੂੰ। ਅਤੇ ਹੁਣ ਤੁਹਾਡੀ ਕੀ ਮੰਗ ਹੈ ਜੀ? ਸਾਡੀ ਮੰਗ ਇਹੋ ਵੀ ਸਾਡੇ ਨਾਲ ਇਨਸਾਫ਼ ਕੀਤਾ ਜਾਵੇ, ਕਿ ਸਾਡਾ ਮਕਾਨ ਖਾਲੀ ਕਰਾ ਕੇ ਦਿੱਤਾ ਜਾਵੇ, ਦੂਜਾ ਇਹਦਾ ਕਿਰਾਇਆ ਜਿਹੜਾ ਇਹਦਾ ਬੰਦ ਆ ਉਹ ਕਿਰਾਇਆ ਦਵਾਇਆ ਜਾਵੇ, ਇਹ 'ਤੇ ਬੰਦ ਦੀ ਕਾਰਵਾਈ ਕੀਤੀ ਜਾਵੇ, ਇੱਕ ਮਹੱਲੇ 'ਚੋਂ ਕੱਢਿਆ ਜਾਵੇ ਗੰਦ ਪਾਇਆ। ਹਾਂਜੀ, ਇਹਨੇ ਜਿਹੜੀਆਂ ਸਿਰ 'ਤੇ ਨਕਲੀ ਸੱਟਾਂ ਲਾ ਕੇ ਲੋਕਾਂ ਨੂੰ ਬਲੈਕਮੇਲ ਕਰਦਾ, ਇਹ 'ਤੇ ਉਹ 420 ਦਾ ਪਰਚਾ ਕਰਕੇ ਇਹਨੂੰ ਅੰਦਰ ਸੁੱਟਿਆ ਜਾਵੇ। ਠੀਕ।